तेरी गली नु चुमांगे, तेरे शहर नु चुमांगे, तेरे पैर दी चादर बनके तेरे पैर नु चुमांगे। रब दा एक तोहफा आवाज मिले है, किस तरह लगता है भी जदों हुण प्रोफेशनली गाने हो एप्रिसिएशन मिल गई? बहुत चंगा लगता है, बहुत ग्रेटफुल हां। मैं अपने आप को बड़ा लकी समझती हां भी एक गुण है रब ने सानू दित्ता है। हारियां दे नाले अंबर वड्या जांदा नहीं, पानी चुकड़िया पानी कड़िया जांदा नहीं। फर्स्ट टाइम स्कूल दे विच ही गाया सीगा। अच्छा, हां जी। रखना भी पैना फुल झंडी का ख्याल वे, मैं जान तेरे उत्तों बारा वे कि संधू तू प्यारा, मेरे दिल वाली रीज होर कोई ना, तेरे ना दा तेरे ना दा माया लग जावे सोने आवे, मैनू सोने चांदियां दी लोड़ कोई ना। देखो बहुत बहुत मैं पावरफुल मानती हूं इस चीज नूं भी, मेरा पर्सनल एक्सपीरियंस भी हैगा है अभी जदों कितें मैं कोई बंदा डीमोटिवेटेड हुंदा या स्ट्रेस हुंदी हां किसी भी कारण करके ना, पढ़ाई करके हो गया, बहुत मूवमेंट्स बंदे दी लाइफ च आउंदे, ਤੇ ਜਿਹੜੀ ਗਾਇਕੀ ਆ ਜਾਂ ਜਿਹੜਾ ਸੰਗੀਤ ਆ ਤੁਹਾਨੂੰ ਰਿਲੈਕਸ ਕਰ, ਜਿਹੜਾ ਪੇਸ਼ੈਂਸ ਲੈਵਲ ਆ ਆਪਣੇ ਸਪੈਸ਼ਲੀ ਯੰਗਸਟਰ ਦਾ, ਮੇਰਾ ਪਰਸਨਲ ਤਜਰਬਾ ਵੀ ਹੈਗਾ ਵੀ ਹੁਣ ਪੇਸ਼ੈਂਸ ਰਹੀ ਨਹੀਂ ਬਿਲਕੁਲ ਹੈ ਨਾ, ਤੇ ਇਹਨਾਂ ਚੀਜ਼ਾਂ ਨੂੰ ਮੇਨਟੇਨ ਕਰਨ ਵਾਸਤੇ ਮੈਡੀਟੇਸ਼ਨ ਕਰਨੀ ਚਾਹੀਦੀ ਆ, ਤੇ ਸਾਡੇ ਲਈ ਤਾਂ ਦੇਖੋ ਸੰਗੀਤ ਤੇ ਮੈਡੀਟੇਸ਼ਨ ਕਰੋ। ਕੁੜੀਆਂ ਅੱਜ ਕੱਲ ਕਿਸੇ ਵੀ ਕਿੱਤੇ ਦੇ ਵਿੱਚ ਪਿੱਛੇ ਨਹੀਂ ਹੈਗੀਆਂ, ਸਗੋਂ ਮੁੰਡਿਆਂ ਨਾਲੋਂ ਵੱਧ ਉਹ ਮੱਲਾ ਮਾਰ ਕੇ ਅੱਜ ਦੇ ਸਮਾਜ ਦੇ ਵਿੱਚ ਆਪਣਾ ਤਾਂ ਨਾਂ ਰੋਸ਼ਨ ਕਰਦੀਆਂ ਹੀ ਨੇ, ਨਾਲ ਹੀ ਆਪਣੇ ਘਰਦਿਆਂ ਦਾ ਵੀ ਨਾਮ ਰੋਸ਼ਨ ਕਰਦੀਆਂ। ਅੱਜ ਇੱਕ ਅਜਿਹੀ ਪੰਜਾਬ ਦੀ ਧੀ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ, ਜਿਸ ਦੀ ਸੁਰੀਲੀ ਆਵਾਜ਼ ਦੇ ਨਾਲ ਬਹੁਤ ਲੋਕ ਮੋਹ ਚੁੱਕੇ ਨੇ, ਤਾਂ ਅਰਨੂਰ ਨਾਮ ਹੈ ਉਸਦਾ, ਹਜੇ BA ਸੈਕਿੰਡ ਈਅਰ ਦੇ ਵਿੱਚ ਹੈ, ਹਜੇ ਸਟੂਡੈਂਟ ਹੈ, ਪਰ ਸੁਰੀਲੀ ਆਵਾਜ਼ ਐਸੀ ਹੈ ਕਿ ਵੱਡੇ ਵੱਡੇ ਧੁਰੰਧਰ ਗਾਇਕਾਂ ਨੂੰ ਵੀ ਉਸਦੀ ਆਵਾਜ਼ ਜਿਹੜੀ ਹੈ ਉਹ ਪਿੱਛੇ ਛੱਡ ਜਾਂਦੀ ਹੈ। ਸਾਡੇ ਨਾਲ ਅਰਨੂਰ ਮੌਜੂਦ ਨੇ। ਅਰਨੂਰ ਕੀ ਹਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਰ। ਅਰਨੂਰ, ਕਦੋਂ ਤੋਂ ਸਿੰਗਿੰਗ ਤੁਸੀਂ ਸਟਾਰਟ ਕੀਤੀ? ਬਚਪਨ ਤੋਂ ਸ਼ੌਂਕ ਸੀਗਾ ਜਾਂ ਬਾਅਦ ਦੇ ਵਿੱਚ ਤੁਹਾਨੂੰ ਲੱਗਿਆ ਵੀ ਤੁਸੀਂ ਗਾ ਸਕਦੇ ਹੋ? ਕਦੋਂ ਅਸਲ 'ਚ ਪਤਾ ਕਦੋਂ ਲੱਗਿਆ ਵੀ ਤੁਸੀਂ ਸੱਚੀ ਦੇ ਵਿੱਚ ਗਾ ਸਕਦੇ ਹੋ? ਸ਼ੌਂਕ ਮੈਨੂੰ ਸਟਾਰਟਿੰਗ ਤੋਂ ਸੀਗਾ ਤੇ 6th ਕਲਾਸ ਦੇ ਵਿੱਚ ਮੈਂ ਸਕੂਲ ਦੀ ਜਿਹੜੀ ਕੋਇਰ ਹੁੰਦੀ ਆ ਜੋਇਨ ਕੀਤੀ ਸੀਗੀ, ਤੇ ਉਸ ਤੋਂ ਬਾਅਦ ਇੱਦਾਂ ਹੋਇਆ ਵੀ ਲੌਕਡਾਊਨ ਦੇ ਵਿੱਚ ਮੈਨੂੰ ਲੱਗਿਆ ਕਿ ਆਪਾਂ ਨੂੰ ਟ੍ਰੇਨਿੰਗ ਲੈਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਗੀਤ ਕਿਹੜਾ ਤੁਸੀਂ ਗਾ ਕੇ ਸੁਣਾਇਆ ਸੀਗਾ? ਮੈਂ ਏਦਾਂ ਐਜ਼ ਇਟ ਇਜ਼ ਨੂੰ ਯਾਦ ਹੈ, ਉੱਥੇ ਸਾਡੇ ਕ੍ਰਿਸਚੀਅਨ ਸਕੂਲ ਸੀਗਾ ਨਾ ਸਾਡਾ, ਤੇ ਕੋਇਰ ਦੇ ਸੌਂਗ। ਹਾਂਜੀ, ਚਲੋ ਹੁਣ ਸ਼ੁਰੂਆਤ ਪਹਿਲਾਂ ਇੱਕ ਗੀਤ ਤੋਂ ਜ਼ਰੂਰ ਕਰ ਦਿਓ ਕਿਉਂਕਿ ਆਵਾਜ਼ ਤੁਹਾਡੀ ਬਹੁਤ ਸੁਣੀ ਹੈ ਤੇ ਸਾਰੇ ਸੁਣਨ ਨੂੰ ਵੀ ਦੇਖ ਰਹੇ ਹਨ। ਮੈਂ ਫੋਕ ਗਾਣੇ ਜ਼ਿਆਦਾ ਸੁਣਦੀ ਹਾਂ ਤੇ ਗਾਉਂਦੀ ਹਾਂ, ਫੋਕ ਦਾ ਜ਼ਿਆਦਾ ਸੁਣਦੀ, ਫੋਕ ਤੋਂ ਹੀ ਸਟਾਰਟ ਕਰੀ। ਬਿਲਕੁਲ। ਨੀਕ ਮੇਰੇ ਅੱਖ ਕਾਸ਼ਨੀ, ਨੀਕ ਮੇਰੇ ਅੱਖ ਕਾਸ਼ਨੀ, ਦੂਜਾ ਰਾਤ ਦੇ ਨੀਂਦਰੇ ਨੇ ਮਾਰਿਆ, ਸ਼ੀਸ਼ੇ ਨੂੰ ਤਰੇੜ ਪੈ ਗਈ, ਸ਼ੀਸ਼ੇ ਨੂੰ ਤਰੇੜ ਪੈ ਗਈ, ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਆ, ਨੀ ਇੱਕ ਮੇਰੀ ਅੱਖ ਕਾਸ਼ਨੀ। ਪ੍ਰੋਫੈਸ਼ਨਲੀ ਗੱਲ ਕਰੀਏ ਤਾਂ ਸਿੰਗਿੰਗ ਕਰਦੇ ਨੂੰ ਕਿੰਨਾ ਟਾਈਮ ਹੋ ਗਿਆ? ਪ੍ਰੋਫੈਸ਼ਨਲੀ ਸਾਲ ਹੀ ਹੋਇਆ, ਮਤਲਬ ਅਕਤੂਬਰ ਲਾਸਟ ਈਅਰ ਮੈਂ ਫਰਸਟ ਸੌਂਗ ਅਫੀਸ਼ੀਅਲ ਟ੍ਰੈਕ ਰਿਲੀਜ਼ ਕੀਤਾ। ਮਤਲਬ ਕਈ ਲੋਕ ਬਚਪਨ ਤੋਂ ਟ੍ਰੇਨਿੰਗ ਲੈਂਦੇ ਆ, ਫਿਰ ਵੀ ਉਹਨਾਂ ਦੀ ਇਸ ਹਿਸਾਬ ਦੇ ਨਾਲ ਆਵਾਜ਼ ਕਈ ਵਾਰ ਸੁਰੀਲੀ ਨਹੀਂ ਹੁੰਦੀ, ਉਹਨਾਂ ਦਾ ਗਲੇ 'ਚੋਂ ਆਵਾਜ਼ ਨਹੀਂ ਗਈ। ਤੁਹਾਨੂੰ ਰੱਬ ਦਾ ਹੀ ਇੱਕ ਤੋਹਫਾ ਆਵਾਜ਼ ਮਿਲੇ ਆ, ਕਿਸ ਤਰ੍ਹਾਂ ਦਾ ਲੱਗਦਾ ਵੀ ਜਦੋਂ ਹੁਣ ਪ੍ਰੋਫੈਸ਼ਨਲੀ ਗਾਉਂਦੇ ਹੋ ਐਪਰੀਸੀਏਸ਼ਨ ਮਿਲਦੀ ਹੈ, ਕਿਸ ਤਰ੍ਹਾਂ ਦਾ ਲੱਗਦਾ? ਮੈਨੂੰ ਬਹੁਤ ਚੰਗਾ ਲੱਗਦਾ ਤੇ ਬਹੁਤ ਗ੍ਰੇਟਫੁਲ ਹਾਂ ਕਿ ਹੈ, ਮੈਂ ਆਪਣੇ ਆਪ ਨੂੰ ਬੜਾ ਲੱਕੀ ਸਮਝਦੀ ਹਾਂ ਵੀ ਇਹ ਗੁਣ ਰੱਬ ਨੇ ਸਾਨੂੰ ਦਿੱਤਾ ਹੈ, ਗਾਉਣ ਦਾ ਗੁਣ ਦਿੱਤਾ, ਤੇ ਇੱਕ ਤਰ੍ਹਾਂ ਦੀ ਮਤਲਬ ਰੱਬ ਲਈ ਹੀ ਗਾਉਂਦੇ ਹਾਂ ਅਸੀਂ, ਤੇ ਬਹੁਤ ਖੁਸ਼ੀ ਮਿਲਦੀ ਹੈ, ਬਹੁਤ ਐਪਰੀਸੀਏਸ਼ਨ ਮਿਲਦੀ ਹੈ। ਕਹਿੰਦੇ ਸੰਗੀਤ ਹੈ ਜਿਹੜਾ ਉਹ ਮੁਰਦੇ ਦੇ ਵਿੱਚ ਵੀ ਜਾਨ ਪਾ ਦਿੰਦਾ, ਸੰਗੀਤ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ, ਕਿੰਨਾ ਕੁ ਅਹਿਮੀਅਤ ਹੈ ਇਸ ਦੀ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ? ਸੰਗੀਤ ਦੀ ਦੇਖੋ ਬਹੁਤ ਬਹੁਤ ਮੈਂ ਪਾਵਰਫੁਲ ਮੰਨਦੀ ਹਾਂ ਇਸ ਚੀਜ਼ ਨੂੰ ਵੀ, ਮੇਰਾ ਪਰਸਨਲ ਐਕਸਪੀਰੀਅੰਸ ਵੀ ਹੈਗਾ ਆ ਵੀ ਜਦੋਂ ਕਿਤੇ ਮੈਂ ਕੋਈ ਬੰਦਾ ਡੀਮੋਟੀਵੇਟਿਡ ਹੁੰਦਾ ਜਾਂ ਸਟ੍ਰੈਸ ਹੁੰਦੇ ਹੋ ਕਿਸੇ ਵੀ ਕਾਰਨ ਕਰਕੇ ਨਾ, ਪੜ੍ਹਾਈ ਕਰਕੇ ਹੋ ਗਿਆ, ਬਹੁਤ ਮੂਵਮੈਂਟਸ ਬੰਦੇ ਦੀ ਲਾਈਫ ਚ ਆਉਂਦੇ,
ਤੇ ਜਿਹੜੀ ਗਾਇਕੀ ਆ ਜਾਂ ਜਿਹੜਾ ਸੰਗੀਤ ਆ ਤੁਹਾਨੂੰ ਰਿਲੈਕਸ ਕਰਦੀ ਹੈ ਤੇ ਇੱਕ ਤਰ੍ਹਾਂ ਦੀ ਮੈਡੀਟੇਸ਼ਨ ਹੈ ਤੁਸੀਂ ਲਗਾ ਲਓ ਜਿੱਦਾਂ ਲੋਕੀ ਕਹਿੰਦੇ ਮੈਡੀਟੇਸ਼ਨ ਅੱਜ ਦੇ ਦੌਰ ਚ ਕਰਨੀ ਚਾਹੀਦੀ ਆ ਸਾਨੂੰ ਕਿਉਂਕਿ ਸਾਡਾ ਜਿਹੜਾ ਸਟ੍ਰੈਸ ਰੇਟ ਆ ਬਹੁਤ ਵੱਧ ਰਿਹਾ ਹੈ ਤੇ ਜਿਹੜਾ ਪੇਸ਼ੈਂਸ ਲੈਵਲ ਆ ਆਪਣੇ ਸਪੈਸ਼ਲੀ ਯੰਗਸਟਰ ਦਾ ਮੇਰਾ ਪਰਸਨਲ ਤਜਰਬਾ ਵੀ ਹੈਗਾ ਵੀ ਹੁਣ ਪੇਸ਼ੈਂਸ ਰਹੀ ਨਹੀਂ ਤੇ ਇਹਨਾਂ ਚੀਜ਼ਾਂ ਨੂੰ ਮੇਨਟੇਨ ਕਰਨ ਵਾਸਤੇ ਮੈਡੀਟੇਸ਼ਨ ਕਰਨੀ ਚਾਹੀਦੀ ਆ ਤੇ ਸਾਡੇ ਲਈ ਤਾਂ ਦੇਖੋ ਸੰਗੀਤ ਮੈਡੀਟੇਸ਼ਨ ਆਵਾਜ਼ ਪੰਜਾਬ ਦੀ ਵਿੱਚ ਤੁਸੀਂ ਦੱਸਿਆ ਕਿ ਤੁਸੀਂ ਗਏ ਹੋ ਤੇ ਪਰਫਾਰਮ ਕੀਤਾ ਕਿਹੜੇ ਕੁ ਮਕਾਮ ਤੱਕ ਉੱਥੇ ਤੁਸੀਂ ਪਹੁੰਚ ਗਏ ਸੀ ਉੱਥੇ ਮੇਰੀ ਸੈਮੀਫਾਈਨਲ ਤੋਂ ਪਹਿਲਾਂ ਹੋ ਗਈ ਸੀਗੀ ਐਲੀਮੀਨੇਸ਼ਨ ਫਿਨਾਲੇ ਤੱਕ ਤਾਂ ਨਹੀਂ ਜਾ ਸਕੇ ਪਰ ਐਕਸਪੀਰੀਅੰਸ ਦੇਖੋ ਬਹੁਤ ਮਿਲਿਆ ਕਿਸ ਤਰ੍ਹਾਂ ਲੱਗਿਆ ਸੀਗਾ ਵੀ ਜਿਹੜੇ ਲੋਕ ਸਾਲਾਂ ਤੋਂ ਮਿਹਨਤ ਕਰਦੇ ਪਏ ਸੀਗੇ ਪਰ ਤੁਸੀਂ ਕੁਛ ਹੀ ਦੇਰ ਦੇ ਵਿੱਚ ਉਸ ਮੁਕਾਮ ਤੇ ਪਹੁੰਚ ਕੇ ਜਿੱਥੇ ਸਾਲਾਂ ਤੋਂ ਕਈ ਵਾਰੀ ਮਿਹਨਤ ਕਰਨ ਵਾਲੇ ਬੱਚੇ ਵੀ ਨਹੀਂ ਪਹੁੰਚ ਪਾਉਂਦੇ ਤੁਸੀਂ ਉੱਥੇ ਪਹੁੰਚੇ ਕਿਸ ਤਰ੍ਹਾਂ ਲੱਗਿਆ ਸੀਗਾ ਆਲਮੋਸਟ ਸਾਰੇ ਬੱਚੇ ਐਸੇ ਸੀਗੇ ਮਤਲਬ ਬਚਪਨ ਤੋਂ ਹੀ ਜਿਹੜੇ ਗਾ ਰਹੇ ਨੇ ਤੇ ਮੈਨੂੰ ਕਦੇ ਇੰਨੀ ਵੱਡੀ ਸਟੇਜ ਨਹੀਂ ਸੀ ਮਿਲੀ ਹੈ ਮੇਰਾ ਫਸਟ ਐਕਸਪੀਰੀਅੰਸ ਸੀਗਾ ਪਰ ਠੀਕ ਸੀ ਅੱਛਾ ਸੀਗਾ ਇਨਸਪੀਰੇਸ਼ਨ ਕਿਨੂੰ ਮੰਨਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੇ ਵਿੱਚ ਤਾਂ ਹਰ ਇੱਕ ਲਈ ਪੇਰੈਂਟਸ ਹੀ ਮੈਨੂੰ ਲੱਗਦਾ ਆ ਇਨਸਪੀਰੇਸ਼ਨ ਹੁੰਦੇ ਨੇ ਬਟ ਪ੍ਰੋਫੈਸ਼ਨਲੀ ਜੇ ਤੁਸੀਂ ਗੱਲ ਕਰੋ ਤਾਂ ਮੈਂ ਫੋਕ ਆਰਟਿਸਟ ਨੂੰ ਜ਼ਿਆਦਾ ਸੁਰਿੰਦਰ ਕੌਰ ਜੀ ਦਾ ਹੀ ਮੈਂ ਤੁਹਾਨੂੰ ਗਾਣਾ ਸੁਣਾਇਆ ਤੇ ਜਿਵੇਂ ਸੁਰਿੰਦਰ ਕੌਰ ਜੀ ਨੇ ਨੂਰ ਜਹਾਂ ਜੀ ਨੇ ਤੇ ਜਦੋਂ ਫਿਰ ਤੁਸੀਂ ਰਿਆਜ਼ ਕਿੰਨੀ ਕੁ ਦੇਰ ਕਰਦੇ ਹੋ ਦਿਨ ਦੇ ਵਿੱਚ ਕਿੰਨੀ ਕੁ ਦੇਰ ਪ੍ਰੈਕਟਿਸ ਕਰਦੇ ਹੋ ਰਿਆਜ਼ ਵੀ ਦੇਖੋ ਜ਼ਿਆਦਾ ਟਾਈਮ ਕਿਉਂਕਿ ਸਾਲ ਡੇਢ ਸਾਲ ਹੀ ਹੋਇਆ ਹੈ ਤੇ ਬਾਕੀ ਮਾਰਨਿੰਗ ਕਰਦੀ ਹਾਂ ਤੇ ਈਵਨਿੰਗ ਕਾਲਜ ਤੋਂ ਆ ਕੇ ਜਿੰਨਾ ਜਦੋਂ ਟਾਈਮ ਮਿਲੇ ਇੱਕ ਗੀਤ ਹੁਣ ਇੱਕ ਹੋਰ ਜ਼ਰੂਰ ਸੁਣਾ ਦਿਓ ਕਿਉਂਕਿ ਆਵਾਜ਼ ਤੁਹਾਡੀ ਇੰਨੀ ਵਧੀਆ ਹੈ ਸਾਡਾ ਵੀ ਤੁਹਾਡਾ ਗੀਤ ਸੁਣਨ ਨੂੰ ਮਨ ਕਰੇ ਗੀਤ ਜ਼ਰੂਰ ਹੋ ਸੁਣਾਓ ਸ਼ੋਕ ਨਜ਼ਾਰੇ ਦੇਣ ਗਵਾਹੀ ਮਿਲ ਕੇ ਤੇਰੇ ਪਏ ਪਿਆਰ ਦਰਾਨੀ ਜਦ ਤੱਕ ਸਾਨੇ ਤੇਰੀ ਕਸਮੇ ਮੈਂ ਸਹੀ ਪਲ ਦੀ ਜੁਦਾਈ ਅੱਖੀਆਂ ਨੇ ਖੇਡ ਰਚਾਈ ਕਮਲੀ ਦੀ ਹੋਸ਼ ਭੁਲਾਈ ਜ਼ੁਲਫਾਂ ਵੀ ਹੋਈਆਂ ਪਰੇਸ਼ਾਨ ਮੌਸਮ ਹੋਇਆ ਮੈਂ ਤੇ ਮੇਰਾ ਦਿਲ ਭਰ ਜਾਣੀ ਬੁੱਲੀਆਂ ਤੇ ਪਿਆਰ ਕਹਾਣੀ ਅੱਜ ਕੱਲ ਦੇ ਜਿਵੇਂ ਯੰਗਸਟਰ ਨੇ ਤੁਸੀਂ ਹਜੇ ਗ੍ਰੈਜੂਏਸ਼ਨ ਹਜੇ ਤੁਸੀਂ ਕੰਪਲੀਟ ਨਹੀਂ ਕੀਤੀ ਅੱਜ ਕੱਲ ਦੇ ਖੜਕੇ ਦੜਕੇ ਵਾਲੇ ਸੌਂਗ ਸੁਣਦੇ ਨੇ ਲੋਕ ਹਥਿਆਰਾਂ ਵਾਲੇ ਡਰੱਗਸ ਵਾਲੇ ਤੁਸੀਂ ਫੋਕ ਦੇ ਵਿੱਚ ਕਿਉਂ ਤੁਹਾਡਾ ਰੁਝਾਨ ਜ਼ਿਆਦਾ ਹੋਇਆ ਫੋਕ ਕਰਦੇ ਵੀ ਵੈਸੇ ਕੋਈ ਗਾਉਂਦਾ ਨਹੀਂ ਹੈਗਾ ਫੈਮਿਲੀ ਪਰ ਘਰੋਂ ਮੈਂ ਫੋਕ ਗਾਣੇ ਸੁਣੇ ਨੇ ਤੇ ਜਦੋਂ ਮੈਂ ਟ੍ਰੇਨਿੰਗ ਲੈਣੀ ਸਟਾਰਟ ਕੀਤੀ ਸੀਗੀ ਤੇਜਵੰਤ ਕਿੱਟੂ ਸਰ ਤੋਂ ਉਹਨਾਂ ਦਾ ਵੀ ਫੋਕ ਹੀ ਸਪੈਸ਼ਲਾਈਜ਼ੇਸ਼ਨ ਹੈ ਇਸ ਤਰੀਕੇ ਨਾਲ ਸੁਣੇ ਜਦੋਂ ਤੇ ਬਥੇਰੇ ਲੋਕਾਂ ਨੇ ਕਿਹਾ ਵੀ ਕਿ ਤੇਰਾ ਹੀ ਬੋਨਰ ਹੈ ਤੂੰ ਇਹਨਾਂ ਦੇ ਗਾਣੇ ਸੁਰਿੰਦਰ ਕੌਰ ਦੇ ਗਾਣੇ ਨੂਰ ਜਹਾਂ ਜੀ ਦੇ ਗਾਣੇ ਸੁਣ ਤੇ ਗਾ ਇਸ ਤਰੀਕੇ ਨਾਲ ਪੈ ਗਿਆ ਤੁਹਾਡਾ ਨੀ ਮਨ ਕਰਦਾ ਜਾਂ ਤੁਸੀਂ ਹੁਣ ਇੱਕ ਜਿਸ ਤਰ੍ਹਾਂ ਸਤਿੰਦਰ ਸਰਤਾਜ ਸਾਹਿਬ ਨੇ ਉਹਨਾਂ ਦੇ ਇੱਕ ਸੂਫੀ ਉਹਨਾਂ ਦਾ ਹੈਗਾ ਉਹ ਸੂਫੀ ਹੀ ਗੀਤ ਗਾਉਂਦੇ ਨੇ ਤੁਸੀਂ ਵੀ ਕਦੇ ਇਹੋ ਜਿਹਾ ਸੋਚਿਆ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੇ ਗੀਤ ਗਾਣੇ ਕਿਉਂਕਿ ਸੰਗੀਤਾਂ ਦਾ ਹੀ ਬਹੁਤ ਅਸਰ ਪੈਂਦਾ ਲੋਕਾਂ ਤੇ ਬਸ ਗੀਤ ਐਸੇ ਗਾਉਣੇ ਨੇ ਵੀ ਕੋਈ ਗਲਤ ਮੈਸੇਜ ਨਾ ਜਾਵੇ ਸਾਡੇ ਹਨਾ ਵੀਡੀਓ ਦੇ ਵਿੱਚ ਵੀ ਜੇ ਫੀਚਰ ਕਰਦੇ ਹਾਂ ਕੁਛ ਗਲਤ ਕੋਈ ਗਲਤ ਮੈਸੇਜ ਨਾ ਜਾਵੇ ਬਾਕੀ ਬੀਟ ਸੌਂਗ ਵੀ ਆਪਣੀ ਜਗ੍ਹਾ ਹਰ ਇੱਕ ਗਾਣਾ ਹਰ ਇੱਕ ਗਾਣੇ ਦੇ ਵਿੱਚ ਦੇਖੋ ਕੁਛ ਨਾ ਕੁਛ ਆਰਟਿਸਟ ਦੇ ਵਿੱਚ ਕੁਛ ਨਾ ਕੁਛ ਖਾਸੀਅਤ ਆ ਹਨਾ ਅੱਜ ਦੀ ਡੇਟ 'ਚ ਵੀ ਜੇ ਕੋਈ ਆਰਟਿਸਟ ਹੈ ਜੋ ਵੀ ਜਿੱਦਾਂ ਦੇ ਵੀ ਗਾਣੇ ਨੇ ਸਾਰੇ ਮੈਂ ਵੀ ਸੁਣਦੀ ਹਾਂ ਅੱਜ ਕੱਲ੍ਹ ਦੇ ਤੇ ਬਾਕੀ ਪਰਸਨਲ ਹਰ ਇੱਕ ਦਾ ਇੱਕ ਓਪੀਨੀਅਨ ਹੁੰਦਾ ਹੈ ਵੀ ਕੋਈ ਸਾਡੇ ਵੱਲੋਂ ਗਲਤ ਮੈਸੇਜ ਨਾ ਜਾਵੇ ਜਿੰਨੀ ਵੀ ਆਡੀਅੰਸ ਸਾਨੂੰ ਦੇਖ ਰਹੀ ਹੁੰਦੀ ਇਹ ਵੀ ਇੱਕ ਨੈਰੇਟਿਵ ਬਣਿਆ ਹੋਇਆ ਕਿ ਜੇਕਰ ਤੁਸੀਂ ਸੰਗੀਤ ਵਾਲੀ ਲਾਈਨ ਦੇ ਵਿੱਚ ਆਣਾ ਹੈ ਜੇ ਤੁਸੀਂ ਕੁੜੀ ਹੋ ਜਾਂ ਮੁੰਡਾ ਹੋ ਗਾਣਿਆਂ ਦੇ ਵਿੱਚ ਤੁਹਾਨੂੰ ਨਸ਼ੇ ਗੰਜ ਜਾਂ ਕੁੜੀਆਂ ਨੂੰ ਪਟੋਲਾ ਕਹਿਣਾ ਪੁੱਤਲਾ ਕਹਿਣਾ ਇਹ ਕਹਿਣਾ ਮਤਲਬ ਕਹਿੰਦੇ ਕਿ ਜ਼ਰੂਰੀ ਆ ਸ਼ਾਇਦ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੇਰਾ ਆਪਣਾ ਹੈ ਵੀ ਮਤਲਬ ਕੋਈ ਗੱਲ ਨਹੀਂ ਅੱਛੇ ਕੰਮ ਅੱਛਾ ਕੰਮ ਕਰੋ ਨਾ ਤੇ ਚਾਹੇ ਟਾਈਮ ਲੱਗ ਜਾਵੇ ਕਦੇ ਨਾ ਕਦੇ ਤਾਂ ਤੁਸੀਂ ਲੋਕੀ ਕਦੇ ਤਾਂ ਤੁਹਾਨੂੰ ਰੋਕ ਕਰਨਗੇ ਬਚਪਨ ਦੇ ਵਿੱਚ ਹਰ ਕਿਸੇ ਦਾ ਸ਼ੌਂਕ ਹੁੰਦਾ ਕਿ ਮੈਂ ਵੱਡੇ ਹੋ ਕੇ ਡਾਕਟਰ ਬਣਨਾ ਇੰਜੀਨੀਅਰ ਬਣਨਾ ਤੁਹਾਡਾ ਕੀ ਸ਼ੌਂਕ ਸੀਗਾ ਬਚਪਨ ਦੇ ਵਿੱਚ ਮੈਂ ਵੀ ਲਾਅ ਦਾ ਸੋਚਦੀ ਸੀਗੀ ਵੀ ਆਰਟਸ ਕੀਤੀ ਸੀਗੀ ਮੈਂ ਤੇ ਲਾਅ ਵੱਲ ਮੈਂ ਸੋਚਦੀ ਸੀ ਐਲਐਲਬੀ ਕਰੂੰ ਫਿਰ ਉੱਧਰ ਗਏ ਕਿਉਂ ਤੇ ਸਾਈਕੋਲੋਜੀ ਚ ਇੰਟਰਸਟ ਬਣ ਗਿਆ ਮੇਰਾ ਤੇ ਮੈਂ ਸੋਚਿਆ ਠੀਕ ਹੈ ਜੀ ਸਾਈਕੋਲੋਜੀ ਆਨਰਸ ਕਰਦੇ ਹਾਂ ਨਾਲ ਮਿਊਜ਼ਿਕ ਕਰਦੇ ਹਾਂ ਹਾਂਜੀ ਤੇ ਫਿਰ ਉਸ ਦੇ ਨਾਲ ਹੁਣ ਤੁਹਾਡਾ ਜ਼ਿਆਦਾ ਇੰਟਰਸਟ ਕਿ ਮਿਊਜ਼ਿਕ ਚ ਹੈ ਕਿ ਸਾਈਕੋਲੋਜੀ ਚ ਹੈ ਮਿਊਜ਼ਿਕ ਚ ਹੈ ਵੈਸੇ ਤੇ ਬਾਕੀ ਸਟੱਡੀ ਦੇਖੋ ਆਪਣੀ ਜਗ੍ਹਾ ਜ਼ਰੂਰੀ ਹੈ ਹਨਾ ਫਿਊਚਰ ਆਪਣਾ ਹੁਣ ਕਿਸ ਤੇ ਦੇਖਦੇ ਹੋ ਮਿਊਜ਼ਿਕ ਦੇਖਦੇ ਹੋ ਸਾਈਕੋਲੋਜੀ ਵੈਸੇ ਮੈਂ ਮਿਊਜ਼ਿਕ ਹੀ ਦੇਖਦੀ ਹਾਂ ਪਰ ਮੈਂ ਮੰਨਦੀ ਹਾਂ ਵੀ ਇੱਕ ਐਜੂਕੇਸ਼ਨਲ ਕੁਆਲੀਫਿਕੇਸ਼ਨ ਹੋਣਾ ਵੀ ਸਾਡੇ ਕੋਲ ਬਹੁਤ ਜ਼ਿਆਦਾ ਜ਼ਰੂਰੀ ਹੈ ਹਨਾ
ਕੱਲਾ ਤੁਸੀਂ ਮਿਊਜ਼ਿਕ ਦੇ ਉੱਤੇ ਨਹੀਂ ਆਪਣਾ ਕੰਮ ਕਰ ਸਕਦੇ, ਮਤਲਬ ਇੰਡੀਪੈਂਡੈਂਟ ਹੋਣਾ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ। ਤੁਹਾਡੇ ਕੋਈ ਗੀਤ ਵੀ ਆਏ ਹੈ, ਰਿਲੀਜ਼ ਕੀਤੇ ਨੇ, ਕੋਈ ਰਿਕਾਰਡ ਕੀਤੇ ਸੀ ਗੀਤ? ਹਾਂਜੀ, ਅਕਤੂਬਰ 'ਚ ਮੇਰਾ ਲਾਸਟ ਈਅਰ ਦਾ ਆਫੀਸ਼ੀਅਲ ਟੈਗ ਹੈ ਜਿਹੜਾ ਰਿਲੀਜ਼ ਹੋਇਆ। ਉਹ ਗੀਤ ਦੇ ਵੀ ਜ਼ਰੂਰ ਦੋ ਬੋਲ ਸੁਣਾ ਦੇ ਜਿਹੜਾ ਤੁਹਾਨੂੰ ਪਲੀਜ਼ ਹੋਇਆ ਸੀ। ਬਾਹਾਂ ਵਿੱਚ ਬਾਹਾਂ ਪਾ ਕੇ ਚੱਲੂ ਤੇਰੇ ਨਾਲ ਵੇ, ਰੱਖਣਾ ਵੀ ਪੈਣਾ ਫੁੱਲ ਜੱਟੀ ਦਾ ਖਿਆਲ ਵੇ। ਹਾਂ, ਬਾਹਾਂ ਵਿੱਚ ਬਾਹਾਂ ਪਾ ਕੇ ਚੱਲੂ ਤੇਰੇ ਨਾਲ ਵੇ, ਰੱਖਣਾ ਵੀ ਪੈਣਾ ਫੁੱਲ ਜੱਟੀ ਦਾ ਖਿਆਲ ਵੇ। ਮੈਂ ਜਾਣ ਤੇਰੇ ਉੱਤੋਂ ਵਾਰਾਂ ਵੇ ਕੀ ਸੰਧੂ ਤੂੰ ਪਿਆਰਾ, ਮੇਰੇ ਦਿਲ ਵਾਲੀ ਰੀਝ ਹੋਰ ਕੋਈ ਨਾ। ਤੇਰੇ ਨਾਂ ਦਾ, ਤੇਰੇ ਨਾਂ ਦਾ, ਤੇਰੇ ਨਾਂ ਦਾ ਮਾਇਆ ਲੱਗ ਜਾਵੇ ਸੋਹਣਿਆ ਵੇ, ਮੈਨੂੰ ਸੋਨੇ ਚਾਂਦੀਆਂ ਦੀ ਲੋੜ ਕੋਈ ਨਾ। ਤੇਰੇ ਨਾਂ ਦਾ ਮਾਇਆ ਲੱਗ ਜਾਵੇ ਸੋਹਣਿਆ ਵੇ, ਮੈਨੂੰ ਸੋਨੇ ਚਾਂਦੀਆਂ ਦੀ ਲੋੜ ਕੋਈ ਨਾ। ਇਹ ਗੀਤ ਰਿਲੀਜ਼ ਕਰਨ ਦੀ ਆਫਰ ਤੁਹਾਨੂੰ ਖੁਦ ਆਈ ਸੀਗੀ ਜਾਂ ਤੁਸੀਂ ਕਿਤੇ ਟਰਾਈ ਕੀਤਾ ਸੀ, ਕਿਸ ਤਰ੍ਹਾਂ ਇਹ ਗੀਤ ਸਟਾਪ ਬਣਿਆ ਸੀ? ਜੀ, ਮੈਂ ਕਰਦੀ ਸੀਗੀ ਕੋਸ਼ਿਸ਼ ਕਿ ਨੋਟਿਸ ਹੋਈ ਹੈ ਆਪਾਂ ਨੂੰ, ਤੇ ਰੀਲਸ ਵਗੈਰਾ ਪਾਉਂਦੇ ਸੀ ਸੋਸ਼ਲ ਮੀਡੀਆ ਤੇ, ਸੋਸ਼ਲ ਮੀਡੀਆ ਤੇ ਮੈਂ ਮਿਲੀ ਸੀਗੀ ਅੰਗਦ ਸਰ ਨੂੰ ਜੀ, ਤੇ ਪਹਿਲਾਂ ਉਹਨਾਂ ਨੇ ਇੱਕ ਅੱਲਾਹੂ ਦਾ ਟਰੈਕ ਕੀਤਾ ਸੀਗਾ, ਕਵਰ ਟਰੈਕ ਕੀਤਾ ਸੀ ਉਹਦੀ ਸਪੀਡ ਰਿਕਾਰਡਸ ਨਾਲ। ਅੱਛਾ, ਤੇ ਫੇਰ ਸਾਨੂੰ ਇਹ ਪ੍ਰੋਜੈਕਟ ਮਿਲ ਗਿਆ। ਕਿਸ ਤਰ੍ਹਾਂ ਲੱਗਦਾ ਕਿਉਂਕਿ ਸਪੀਡ ਰਿਕਾਰਡਸ ਜਾਂ ਹੋਰ ਵੀ ਜੋ ਹੈਗੀਆਂ ਨੇ, ਮਤਲਬ ਕਹਿੰਦੇ ਨੇ ਕਿ ਬਹੁਤ ਕਿਸਮਤ ਵਾਲਿਆਂ ਨੂੰ ਉੱਥੇ ਤੱਕ ਪਹੁੰਚਣ ਦਾ ਮੌਕਾ ਮਿਲਦਾ, ਤੇ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਹੋ? ਬਿਲਕੁਲ ਸਮਝਦੇ ਹਾਂ, ਬਹੁਤ ਪੁਰਾਣਾ ਲੇਵਲ ਹੈ ਸਪੀਡ ਰਿਕਾਰਡਸ ਤੇ, ਅਸੀਂ ਬਹੁਤ ਲੱਕੀ ਹਾਂ, ਮੇਰਾ ਫਸਟ ਪ੍ਰੋਜੈਕਟ ਉੱਥੇ ਹੋਇਆ। ਕਰਦੇ ਕਿਸ ਤਰ੍ਹਾਂ ਸਪੋਰਟ ਕਰਦੇ ਨੇ, ਕਿਉਂਕਿ ਆਮ ਤੌਰ ਤੇ ਕਈ ਵਾਰੀ ਹੁੰਦਾ ਪੇਰੈਂਟਸ ਦੇ ਵਿੱਚ ਕਿ ਅਸੀਂ ਨਹੀਂ ਆਪਣੀ ਕੁੜੀ ਨੂੰ ਸਟੇਜ ਤੇ ਭੇਜਣਾ ਗਾਉਣ ਦੇ ਵਿੱਚ, ਕਰਦੇ ਹਾਂ ਕਿਸ ਤਰ੍ਹਾਂ ਦੀ ਸਪੋਰਟ ਹੈ? ਇਹ ਹੁੰਦਾ ਹੈ, ਕੁਛ ਰਿਸਟ੍ਰਿਕਸ਼ਨਸ ਕਰਦੇ ਹਾਂ ਵੱਲੋਂ ਵੀ, ਕੁਛ ਮੈਂ ਖੁਦ ਹੀ ਆਪਣੇ ਆਪ ਤੇ ਲਗਾਈਆਂ ਹੋਈਆਂ ਨੇ, ਤੇ ਜਿੱਦਾਂ ਸ਼ੋਜ਼ ਲਈ ਪਰਫਾਰਮੈਂਸਿਸ ਲਈ ਵੀ ਆਉਂਦਾ, ਤੇ ਮੇਰੀਆਂ ਰਿਸਟ੍ਰਿਕਸ਼ਨ ਹਾਲੇ ਮੈਂ ਜਿੱਦਾਂ ਕਲੱਬ ਵਗੈਰਾ ਦੇ ਵਿੱਚ ਹੋ ਗਿਆ, ਕੁਛ ਚੀਜ਼ਾਂ ਹੈਗੀਆਂ ਵੀ ਜੋ ਮੈਂ ਖੁਦ ਹੀ ਨਹੀਂ ਕਰਨਾ ਚਾਹੁੰਦੀ, ਕਰਦਿਆਂ ਨੂੰ ਤਾਂ ਮੈਂ ਚਾਂਸ ਹੀ ਨਹੀਂ ਦਿੰਦੀ ਨਾ ਵੀ ਮੈਂ ਜ਼ਿੱਦ ਕਰਾਂ ਜਾਂ ਪੁੱਛਾਂ, ਜੋ ਮੈਨੂੰ ਖੁਦ ਨੂੰ ਸਹੀ ਲੱਗੂਗਾ ਮੈਂ ਉਹ ਕਰਦੀ। ਹੁਣ ਸੁਪਨਾ ਕੀ ਹੈ ਜੇ ਆਪਾਂ ਇੰਟਰਵਿਊ ਖਤਮ ਕਰਦੇ ਹੋਏ, ਸੁਪਨਾ ਕੀ ਹੈ, ਕਿਸ ਮੁਕਾਮ ਤੇ ਤੁਸੀਂ ਦੇਖਣਾ ਚਾਹੁੰਦੇ ਹੋ? ਮੁਕਾਮ ਦੇਖੋ, ਕੋਈ ਬਹੁਤ ਵੱਡਾ ਮੁਕਾਮ ਮੈਂ ਨਹੀਂ ਚਾਹੁੰਦੀ ਹੈਗੀ, ਪਰ ਜਿੰਨਾ ਕੁ ਵੀ ਕੰਮ ਕਰਾਂ, ਅੱਛਾ ਕੰਮ ਕਰਾਂ, ਤੇ ਉਹਦੀ ਕਦੇ ਨਾ ਕਦੇ ਰੱਬ ਵੈਲਿਊ ਪਾਉਂਦਾ। ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਕਿਸ ਤਰ੍ਹਾਂ ਦਾ ਮੈਸੇਜ ਦੇਵੋਗੇ? ਨੌਜਵਾਨ ਪੀੜ੍ਹੀ ਨੂੰ ਮੈਂ ਆਲਵੇਜ਼ ਇੱਕ ਗੱਲ ਕਹਿੰਦੀ ਹਾਂ ਕਿ ਕਦੇ ਵੀ ਆਪਣੀ ਜਿਹੜੀ ਮਿਹਨਤ ਆ ਉਹਨੂੰ ਕਦੇ ਵੀ ਘੱਟ ਨਹੀਂ ਹੋਣ ਦੇਣਾ, ਹੈ ਨਾ, ਆਲਵੇਜ਼ ਆਪਣੇ ਵਿੱਚ ਵਿਸ਼ਵਾਸ ਰੱਖਣਾ ਹੈ, ਤੇ ਕਦੇ ਨਾ ਕਦੇ ਜੋ ਵੀ ਤੁਸੀਂ ਚਾਹੁੰਦੇ ਹੋ ਤੁਹਾਨੂੰ ਰੱਬ ਜ਼ਰੂਰ ਬਣਾਊਗਾ। ਅੰਤ ਦੇ ਵਿੱਚ ਹੁਣ ਜਾਣੇ ਜਾਂਦੇ ਦੋ ਬੋਲ ਹੋਰ ਕਿਸੇ ਗੀਤ ਦੇ ਵੀ ਸੁਣਾ ਦਿਓ ਤੇ ਆਪਾਂ। ਇੱਕ ਮੈਨੂੰ ਅਮਰਿੰਦਰ ਗਿੱਲ ਜੀ ਦੇ ਗਾਣੇ ਦੀਆਂ ਮੈਂ ਦੋ ਲਾਈਨਾਂ। ਜੀ ਜੀ ਜੀ, ਠੀਕ ਹੈ। ਆਰੀਆਂ ਦੇ ਨਾਲੇ ਅੰਬਰ ਵੱਡਿਆ ਜਾਂਦਾ ਨਹੀਂ, ਪਾਣੀ ਚੁੱਕ ਲਿਆ ਪਾਣੀ ਕੱਢਿਆ ਜਾਂਦਾ ਨਹੀਂ, ਜੀਵਨ ਦੇ ਇਸ ਕੱਚੇ ਕੂਲੇ ਧਾਗੇ ਨੂੰ ਪਿਆਰ ਦੇ ਗੁੰਜਲ ਪੈ ਜਾਣ ਛੇਤੀ ਨਹੀਂ ਖੁੱਲਦੇ, ਕਦੇ ਦਿਲਾਂ ਨੂੰ ਦਿਲਾਂ ਦੇ ਨਹੀਂ ਖੁੱਲਦੇ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਸ ਸਨ ਸਾਡੇ ਨਾਲ ਅਰਨੂਰ, ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ, ਤੇ ਇਹਨਾਂ ਦੀ ਸੁਰੀਲੀ ਆਵਾਜ਼ ਦੇ ਨਾਲ ਜਿੱਥੇ ਸੋਸ਼ਲ ਮੀਡੀਆ ਤੇ ਤਾਂ ਧੂਮਾਂ ਮੱਚੀਆਂ ਹੋਈਆਂ ਤੇ ਆਵਾਜ਼ ਪੰਜਾਬ ਦੀ ਵਰਗੇ ਸ਼ੋਅ ਤੱਕ ਵੀ ਜਾ ਕੇ ਆਏ ਨੇ, ਅਤੇ ਆਪਣਾ ਨਾਮ ਇਹਨਾਂ ਨੇ ਚਮਕਾਇਆ। ਛੋਟੀ ਉਮਰ ਦੇ ਵਿੱਚ ਹੀ ਬਹੁਤ ਸਾਰੇ ਅਜਿਹੇ ਪ੍ਰੋਜੈਕਟਸ ਮਿਲੇ ਜੋ ਅੱਜ ਤੱਕ ਕਈਆਂ ਨੂੰ ਇਸ ਉਮਰ ਦੇ ਵਿੱਚ ਨਹੀਂ ਹਾਸਲ ਹੋਏ, ਤਾਂ ਸੁਪਨਾ ਇਹੀ ਹੈ ਕਿ ਵਧੀਆ ਇੱਕ ਗਾਇਕ ਬਣ ਕੇ ਸਮਾਜ ਦੇ ਵਿੱਚ ਗੀਤਾਂ ਦੇ ਰਾਹੀਂ ਪੋਜ਼ਿਟਿਵਿਟੀ ਫੈਲਾ ਸਕੇ। ਅਪਡੇਟ ਸਾਨੂੰ ਜੋ ਕੈਮਰਾਮੈਨ ਸੰਦੀਪ ਸਿੰਘ ਨਾਲ ਸਨਮਜੀਤ ਸਿੰਘ ਭੱਲਾ ਦੁਆਰਾ ਪੁੱਛਣਾ।